ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੇ ਇੱਕ ਜਵੈਲਰ ਦੇ ਬੇਟੇ ਨੂੰ ਇੰਟਰਨੈਸ਼ਨਲ ਨੰਬਰ ਤੋਂ ਮੋਸਟ ਵਾਂਟਡ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੋਂ ਰੰਗਦਾਰੀ ਦੀ ਕਾਲ ਆਈ ਹੈ। ਕਾਲ ਕਰਨ ਵਾਲੇ ਨੇ ਜਵੈਲਰ ਦੇ ਮੁੰਡੇ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਆਰੋਪੀ ਨੇ ਕਾਲ ਕਰਕੇ ਨੌਜਵਾਨ ਨੂੰ ਕਿਹਾ ਕਿ ਉਹ ਪੈਸੇ ਦੇਣ ਦੇ ਲਈ ਜਲੰਧਰ ਬਾਈਪਾਸ ਦੇ ਕੋਲ ਆ ਜਾਵੇ ਜਿੱਥੇ ਉਸਦੇ ਗੁਰਗੇ ਮੌਜੂਦ ਹੋਣਗੇ ਅਤੇ ਉਹ ਪੈਸੇ ਲੈ ਲੈਣਗੇ। ਇੱਥੇ ਇਹ ਵੀ ਦੱਸ ਦਈਏ ਕਿ ਕਾਲ ਕਰਨ ਵਾਲੇ ਵਿਅਕਤੀ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਵੀ ਗੱਲ ਕਹਿ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦੇਣਗੇ ਤਾਂ ਉਹਨਾਂ ਦੇ ਗੁਰਗੇ ਉਹਨਾਂ ਦੀ ਦੁਕਾਨ ਦੇ ਕੋਲ ਹੀ ਘੁੰਮ ਰਹੇ ਨੇ ਜੋ ਜਾਨ ਤੋਂ ਮਾਰ ਦੇਣਗੇ। ਉਧਰ ਜਵੈਲਰਸ ਦੇ ਬੇਟੇ ਨੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਦੇਵ ਪਸੀਨ 17 ਸਾਲ ਦਾ ਹੈ ਅਤੇ ਉਸਨੂੰ ਇਹ ਕਾਲ ਇੰਟਰਨੈਸ਼ਨਲ ਨੰਬਰ ਤੋਂ ਆਈ ਸੀ। ਉਸਨੇ ਕਿਹਾ ਕਿ ਉਹ ਉਸ ਸਮੇਂ ਮਾਰਕੀਟ ਵਿੱਚ ਸਮਾਨ ਖਰੀਦ ਰਿਹਾ ਸੀ ਅਤੇ ਉਸਨੇ ਇਸ ਘਟਨਾ ਬਾਰੇ ਤੁਰੰਤ ਆਪਣੇ ਪਿਤਾ ਰਿੰਕੂ ਪਸੀਨ ਨੂੰ ਦੱਸਿਆ। ਮੇਰਾ ਨਾਮ ਦੇਵ ਪਸੀਨ ਜੀ। ਤੁਹਾਨੂੰ ਕਾਲ ਆਈ ਸੀ, ਕੌਣ ਬੰਦੇ ਸੀ, ਕਦੋਂ ਫੋਨ ਆਇਆ? ਮੈਨੂੰ ਕੱਲ੍ਹ 8:28 'ਤੇ ਫਸਟ ਕਾਲ ਆਈ ਅਤੇ ਮੈਂ ਦੁਕਾਨ ਤੋਂ ਮੈਂ ਇਲੈਕਟ੍ਰੀਸ਼ੀਅਨ ਦੁਕਾਨ 'ਤੇ ਗਿਆ ਸੀਗਾ ਅਤੇ ਮੈਂ ਨਾ ਉੱਥੇ ਫੋਨ ਆਏ ਫੇਕ ਨੰਬਰ ਤੋਂ, ਬਾਹਰਲੇ ਨੰਬਰ ਤੋਂ, ਕਿ ਮੈਂ ਭਾਜੀ ਪਹਿਚਾਣਿਆ ਨਹੀਂ ਮੈਨੂੰ ਕਿ ਮੈਂ ਕੋਈ ਬੋਲ ਕਿ ਮੈਂ ਕਿੱਥੋਂ ਬੋਲ ਰਿਹਾ। ਮੈਂ ਕਿਹਾ ਨਹੀਂ ਜੀ, ਤੁਸੀਂ ਸਿੱਧੀ ਸਿੱਧੀ ਦੱਸੋ ਤੁਸੀਂ ਕੌਣ ਹੋ? ਇਹਨਾਂ ਮੈਂ ਗੋਲਡੀ ਬਰਾੜ ਗੈਂਗਸਟਰ ਬੋਲਦਾ ਪਿਆ ਜਿਹਨੇ ਸਿੱਧੂ ਮੂਸੇ ਦਾ ਕਤਲ ਕੀਤਾ ਸੀਗਾ। 2-3 ਵਾਰ ਪੁੱਛਣ ਤੋਂ ਬਾਅਦ ਉਹਨੇ ਦੱਸਿਆ ਅਤੇ ਕਹਿੰਦਾ ਤੂੰ ਮੈਨੂੰ 5 ਲੱਖ ਦੇ ਦੇ ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੂੰਗਾ, ਮੇਰੇ ਬੰਦੇ ਇੱਥੇ ਕਿਤੇ ਤੇਰੇ ਕੋਲ ਫਿਰਦੇ ਪਏ ਆ। ਅੱਛਾ, ਕਿੰਨੇ ਵਜੇ ਦੀ ਗੱਲ ਹੈ? ਮੈਨੂੰ 8:28 'ਤੇ ਕਾਲ ਆਈ, ਲਾਸਟ ਕਾਲ 8:33 'ਤੇ ਆਈ ਜੀ, ਅਤੇ ਕਹਿੰਦਾ ਚਾਹੀਦਾ ਜਲੰਧਰ ਬਾਈਪਾਸ ਆ ਜਾ, ਪੈਸੇ ਫੜਾ ਜਾ, ਜਾਂ ਬੰਦਾ ਭੇਜ ਦਿੰਦਾ ਜਾਂ ਅਕਾਊਂਟ ਨੰਬਰ ਦੇ ਦਿੰਦਾ ਤੂੰ ਉੱਥੇ ਪੈਸੇ ਪਾ ਦੀ। ਅੱਛਾ, ਨੰਬਰ ਕਿਹੜਾ ਸੀਗਾ? ਨੰਬਰ ਉਹਦਾ ਸੀਗਾ, ਆਹ ਦੇਖੋ ਜੀ, ਮੈਨੂੰ 7 ਨੰਬਰ ਸੀਗਾ। ਹਾਂਜੀ, ਬਾਹਰਲਾ ਨੰਬਰ ਸੀਗਾ, ਆਹ ਤੁਸੀਂ ਦੇਖ ਸਕਦੇ ਹੋ, ਮੈਨੂੰ 7 ਮਿਸ ਕਾਲਾਂ ਜਿਹਦੇ 'ਚੋਂ ਆਈਆਂ ਨੇ, +351 9251 8 91 ਤੋਂ ਮੈਨੂੰ ਕਾਲ ਆਈ ਹੈ। 7 ਮਿਸ ਕਾਲਾਂ ਜਿਸ 'ਚੋਂ ਮੈਂ 4 ਚੱਕੀ ਆ, 3 ਨਹੀਂ ਚੱਕੀ ਆ, ਅਤੇ ਕਹਿੰਦਾ ਮੈਂ ਬਰਾੜ ਬੋਲ ਰਿਹਾ। ਅਤੇ ਉਸ ਤੋਂ ਬਾਅਦ ਮੇਰੀ ਗੱਲ ਲਈ ਮੈਂ ਦੁਕਾਨ 'ਤੇ ਆਇਆ, ਪਾਪਾ ਕੋਲ ਫਟਾਫਟ ਹੜਬੜਾਈ 'ਤੇ ਜਦੋਂ ਉਹਨੇ ਦੱਸਿਆ ਸਿੱਧੂ ਮੂਸੇ ਦਾ ਕਤਲ ਕੀਤਾ ਅਤੇ ਮੈਂ ਉੱਥੇ ਆਇਆ। ਪਾਪਾ ਕਹਿੰਦਾ ਜੀ ਰਿਕਾਰਡਿੰਗ ਕਰ, ਫਟਾਫਟ ਦੇ ਥਾਣੇ ਭੇਜੀ ਹੈ, ਉਹਨੇ ਮੈਨੂੰ ਬਲੋਕ 'ਚ ਪਾਤਾ ਨੰਬਰ 'ਚ। ਅੱਛਾ, ਜਦੋਂ ਤੁਹਾਨੂੰ ਫੋਨ ਕਾਲ ਆਈ ਸੀ ਉਸ ਤੋਂ ਬਾਅਦ ਤੁਸੀਂ ਪੁਲਿਸ ਨਾਲ ਕੋਈ ਸੰਪਰਕ ਕੀਤਾ? ਅਤੇ ਨਹੀਂ, ਮੈਨੂੰ ਪਹਿਲਾਂ ਲੱਗਿਆ ਮੇਰੇ ਦੋਸਤ ਦੀ ਕੋਈ ਫੇਕ ਕਾਲ ਆਉਣੀ ਹੈ। ਜਦੋਂ ਪਾਪਾ ਨੇ ਕਰਿਆ ਕਿ ਆਪਣੇ ਬੜੇ ਬ੍ਰਦਰ ਨਾਲ ਬਲਜਿੰਦਰ ਪ੍ਰੈਂਸਰ ਜੀ ਨਾਲ ਸੰਪਰਕ ਕੀਤਾ ਕਾਲ 'ਤੇ, ਅਤੇ ਉਹਨਾਂ ਨੇ ਕਿਹਾ ਇਹ ਤਾਂ ਗੈਂਗਸਟਰ ਆ ਬਹੁਤ ਵੱਡਾ, ਅਤੇ ਤੂੰ ਨਹੀਂ ਜਾਣਦਾ ਇਹਨੂੰ, ਅਤੇ ਤੂੰ ਪਹਿਲਾਂ ਰਿਪੋਰਟ ਕਰ ਪਹਿਲਾਂ ਥਾਣੀ ਆ ਕਿ ਬਹੁਤ ਵੱਡੀ ਗੱਲ ਹੈ, ਤੂੰ ਉਹਨੂੰ ਲਾਈਟਲੀ 'ਚ ਲਈ ਜਾਂਦਾ ਪਿਆ। ਅਤੇ ਮੈਨੂੰ ਉਹਨੇ ਵੀ ਕਿਹਾ ਗੋਲਡੀ ਬਰਾੜ ਨੇ ਮੈਨੂੰ ਲਾਈਟਲੀ 'ਚ ਨਾ ਲੈ, ਮੈਂ ਤੈਨੂੰ ਕੰਮ ਕਰ ਦੇਣਾ ਹੁਣ ਥੋੜ੍ਹੇ ਦਿਨਾਂ 'ਚ। ਅੱਛਾ, ਹਾਂਜੀ। ਅੱਛਾ, ਹੁਣ ਲਾਸਟ ਕਾਲ ਤੁਹਾਨੂੰ ਕਦੋਂ ਆਈ? ਲਾਸਟ ਕਾਲ ਮੈਨੂੰ 8:33 'ਤੇ ਆਈ ਸੀ। ਹੁਣ ਨਹੀਂ, ਕੱਲ੍ਹ ਰਾਤੀ ਲਾਸਟ ਕਾਲ ਆਈ, ਉਸ ਤੋਂ ਬਾਅਦ ਬਲੋਕ 'ਚ ਪਾਤਾ ਉਹਨੇ ਮੈਨੂੰ। ਅੱਛਾ, ਪੁਲਿਸ ਨਾਲ ਫਿਰ ਦੁਬਾਰਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ? ਪੁਲਿਸ ਤੋਂ ਮੇਰੀ ਕੱਲ੍ਹ ਰਾਤੀ ਉਹ ਆ ਕੇ ਰਿਪੋਰਟ ਲੈ ਗਏ ਸੀਗੇ, ਉਸ ਤੋਂ ਬਾਅਦ ਮੈਂ ਮੋਰਨਿੰਗ ਮੈਂ ਥਾਣੇ ਸੀਗਾ। ਅੱਛਾ, ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ? ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਸੀ, ਪਤਾ ਲਗਾ ਰਹੇ ਜਿੰਨੀ ਜਲਦੀ ਹੋ ਸਕਿਆ ਅਸੀਂ ਕੰਮ ਕਰ ਦਾਂਗੇ ਤੁਹਾਡਾ। ਅੱਛਾ, ਤੁਹਾਨੂੰ ਕਦੀ ਇਸ ਤਰ੍ਹਾਂ ਦੀ ਪਹਿਲਾਂ ਵੀ ਕਾਲ ਆਈ ਜਾਂ ਫਸਟ ਟਾਈਮ ਆਈ? ਮੈਨੂੰ ਫਸਟ ਟਾਈਮ ਆਈ ਜੀ, ਲਾਈਫ ਟਾਈਮ ਵਿੱਚ। ਅੱਛਾ, ਹਾਂਜੀ। ਮੈਂ ਅਕਸਰ ਲੋਕਾਂ ਨੂੰ ਦੇਖਦਾ ਸੀ, ਮੇਰਾ ਵੀ ਕੰਮ ਹੋ ਗਿਆ, ਮੈਨੂੰ ਧਮਕੀ ਮਿਲੀ ਕਿਸੇ ਤੋਂ। ਅੱਛਾ, ਇਹ ਮਤਲਬ ਉਹਨਾਂ ਨੇ 5 ਲੱਖ ਮੰਗਿਆ ਤਾਂ ਉਸ ਤੋਂ ਇਲਾਵਾ ਕੁਝ ਮੰਗਿਆ ਤਾਂ ਨਹੀਂ ਤੁਹਾਨੂੰ? ਮੈਨੂੰ 5 ਲੱਖ ਮੰਗਿਆ ਅਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੂੰਗਾ। ਪਹਿਲੀ ਗੱਲ, ਮੇਰਾ ਘਰੋਂ ਨਿਕਲਣਾ ਬਹੁਤ ਮੁਸ਼ਕਿਲ ਕਰ ਦਿੱਤਾ, ਮੈਂ ਪਾਪਾ ਨਾਲ ਹੀ ਆਇਆ, ਡਰਦਾ, ਮੈਂ ਇਕੱਲਾ ਕਿਤੇ ਨਹੀਂ ਜਾ ਪਾ ਰਿਹਾ, ਅੱਗੇ ਮੈਂ ਫਰੈਂਡ ਕੋਲ ਜਾਂਦਾ ਹੀ, ਇੱਥੇ ਜਾਂਦਾ ਹੀ ਉਹ ਮੇਰਾ ਸਾਰਾ ਕੈਂਸਲ ਕਰਤਾ ਇਹਨਾਂ ਨੇ। ਰਿੰਕੂ ਬਸੀਰ, ਤੁਹਾਡੇ ਬੇਟੇ ਨੂੰ ਕਿਹਦੀ ਫੋਨ ਕਾਲ ਆਈ ਹੈ ਅਤੇ ਕੀ ਗੱਲ ਹੋਈ? ਕੱਲ੍ਹ ਇਹਨੂੰ ਮੈਂ ਲੈਟ ਦਾ ਬਲਬ ਨਾਲ ਲੈਣ ਭੇਜਿਆ ਸੀਗਾ, ਜਿਸ ਟਾਈਮ ਲੈ ਕੇ ਮੇਰੇ ਕੋਲ ਆਇਆ ਉਹਨੂੰ ਰਸਤੇ ਕਾਲ ਚਲਦੀ ਵੀ ਸੀਗੀ। ਇਸ ਟਾਈਮ ਇਹਨੇ ਆ ਕੇ ਮੈਨੂੰ ਕਹਿੰਦਾ ਪਾਪਾ ਇੱਕ ਬੰਦਾ ਫੋਨ ਆ ਰਿਹਾ ਬਾਰ ਬਾਰ, 5 ਲੱਖ ਰੁਪਏ ਮੰਗ ਰਿਹਾ, ਕਾਫੀ ਫੋਨ ਇਹਦੇ ਆ ਗਏ ਆ। ਅਤੇ ਮੈਂ ਉਹਨੂੰ ਸਮਝਾਇਆ ਕਿ ਹਾਂ ਵੀ, ਮੈਂ ਕਹਿੰਦਾ ਦਿਖਾ ਮੈਨੂੰ ਨੰਬਰ, ਇਹਨੇ ਜਿਸ ਟਾਈਮ ਇਹਨੂੰ ਦਿਖਾਇਆ ਤਾਂ ਮੈਨੂੰ ਕਹਿ ਰਿਹਾ ਹਾਂਜੀ, ਮੈਂ ਗੱਲ ਕੀਤੀ, ਕਹਿੰਦਾ ਹੈਲੋ, ਹਾਂਜੀ, ਕਹਿੰਦਾ ਉਹਨੂੰ ਸਮਝਾਓ। ਮੈਂ ਕੀ ਸਮਝਾਈਏ? ਕਹਿੰਦਾ ਇਹ ਸਮਝਦਾ ਨਹੀਂ ਪਿਆ ਸਾਡੀ ਗੱਲ, ਜੇ ਅਸੀਂ ਸਮਝਾਤੀ ਇਹਨੂੰ। ਮੈਂ ਕਿਹਾ ਮੈਂ ਮਤਲਬ ਸਮਝਿਆ ਨਹੀਂ। ਕਹਿੰਦਾ ਇਹਨੂੰ ਪੁੱਛ ਲਓ, ਇਹ ਕਹਿੰਦਾ ਪਾਪਾ 5 ਲੱਖ ਰੁਪਏ ਫਿਰੌਤੀ ਮੰਗ ਰਹੇ ਆ। ਮੈਂ ਕਹਿੰਦੀ ਇਸੇ ਟਾਈਮ ਰਿਕਾਰਡਿੰਗ ਕਰ ਫੋਨ ਮੇਰੇ ਤੋਂ ਚੱਕ ਕੇ ਅਤੇ ਥਾਣੇ ਦੇ। ਫਿਰ ਰਿਕਾਰਡਿੰਗ ਕੀਤੀ? ਉਸੇ ਟਾਈਮ ਹੀ ਉਹਨੇ ਬੰਦ ਕਰਤਾ ਨੰਬਰ, ਜਿਸ ਟਾਈਮ ਉਹਨੇ ਇੰਨੀ ਗੱਲ ਸੁਣੀ ਨਾ ਕਿ ਫੋਨ ਕੀ ਕਹਿ ਕੇ ਤੁਹਾਨੂੰ ਫਿਰੌਤੀ ਮੰਗੀ ਗਈ? ਵੀ ਮੈਂ ਕੌਣ ਬੋਲਦਾ ਜਾਂ ਕਿੱਥੋਂ? ਗੋਲਡੀ ਬਰਾੜ ਕਹਿੰਦਾ ਆਪਣੇ ਆਪ ਨੂੰ ਕੋਈ ਗੋਲਡੀ ਬਰਾੜ ਇਸ ਤਰ੍ਹਾਂ ਨਾਮ ਰਹੇਗਾ। ਮੈਂ ਸੋਚਿਆ ਕਿ ਵੈਸੇ ਹੀ ਹੋਣਾ, ਮੈਂ ਰਾਤੀ ਜਿਸ ਟਾਈਮ ਘਰ ਗਿਆ ਮੈਨੂੰ ਪਤਾ ਵੀ ਨਹੀਂ, 10:30-11 ਵਜੇ ਮੈਨੂੰ ਯਾਦ ਆਇਆ, ਮੈਂ ਕਿਹਾ ਇੱਦਾਂ ਫੋਨ ਆਏਗਾ ਦੀਪ ਨੂੰ, ਮੰਮੀ ਨੇ ਲਿੱਤੀ ਕਿ ਗੋਲਡੀ ਬਰਾੜ ਇੱਦਾਂ। ਮੰਮੀ ਕਹਿੰਦੇ ਪ੍ਰਿੰਸਰ ਬਲਜਿੰਦਰ ਪ੍ਰਿੰਸਰ ਮੇਰਾ ਬ੍ਰਦਰ ਹੈ, ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਭਾਜੀ ਕਹਿੰਦੇ ਕਿ ਹਾਂ ਵੀ ਇਸ ਤਰ੍ਹਾਂ ਇਹਨੂੰ ਕੋਈ ਲਾਈਟ ਨਹੀਂ ਲਾਇਆ, ਜਿਹਨੇ ਮੂਸੇ ਵਾਲੇ ਨੂੰ ਮਾਰਿਆ ਉਹੀ ਗੋਲਡੀ ਬਰਾੜ ਹੈ, ਜਿਹਦਾ ਨਾਮ ਉਹ ਲੈ ਰਿਹਾ, ਤੂੰ ਥੋੜ੍ਹਾ ਕੰਪਲੀਟ ਕਰ ਰਹੇ ਥਾਣੇ। ਅੱਛਾ, ਕਿੰਨੇ ਦੀ ਮੰਗ ਕੀਤੀ? 5 ਲੱਖ ਰੁਪਏ ਮੰਗੇ ਉਹਨਾਂ ਨੇ। ਉਸ ਤੋਂ ਇਲਾਵਾ ਕੁਛ?
उस तो अलावा कुछ नहीं मंगया उन्हें। अच्छा, बस यही कहा कि 5-10 रुपए मैं जलंधर बाईपास खड़ा मेरा बंदे उत्थे जा तो अकाउंट नंबर दिने उन्दे पा दियो। अच्छा केरो दी गल है, कल शाम दे 8:30 बजे उस तो बाद कोई फोन को लाइक कोई उस तो बाद उन्हें डरी गया कि बंदे ने जो मैं कहा कि हम रिकॉर्डिंग। अच्छा पुलिस पुलिस ने कोई शिकायत दी थी? हां जी पुलिस रात ही आ गई सी 1:30 बजे 2 बजे साडे घर ही सी पुलिस आंदी जांदी सी। हां बड़ी वधिया उन्हां दी कार्रवाई की। पुलिस वालों की कहा गया? पुलिस ने हुण क्या कर रहे हैं कार्रवाई दसांगे। मैं भी यही कहना नत्थ पाओ इधर के बंदे जो धमकी दे रहे जो कुछ इस तरह गेम वार बना रहे। ठीक है।